ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਗਾਜਰ ਮਟਰ ਦੀ ਸਬਜ਼ੀ ਕੜਾਹੀ ਆਪਾਂ ਗੈਸ ਦੇ ਉੱਪਰ ਰੱਖ ਲਈ ਹੈ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਘਿਓ ਹੁਣ ਆਪਾਂ ਇਹਦੇ ਵਿੱਚ ਘਿਓ ਪਾ ਦਾਂਗੇ ਜੀ ਜਦੋਂ ਘਿਓ ਆਪਣਾ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਘਿਓ ਆਪਣਾ ਗਰਮ ਹੋ ਗਿਆ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਜੀਰੇ ਦਾ ਅਤੇ ਪਿਆਜ਼ ਪਾ ਦਾਂਗੇ ਅਤੇ ਨਾਲ ਹੀ ਆਪਾਂ ਇਹ ਅਦਰਕ ਲਿਆ ਬਰੀਕ ਕੱਟਿਆ ਹੋਇਆ ਅਤੇ ਹਰੀ ਮਿਰਚ ਲਈ ਹੈ ਇਹ ਪਾ ਦਾਂਗੇ ਇੱਕ ਆਪਾਂ ਟਮਾਟਰ ਲਿਆ ਜੀ ਬਰੀਕ ਕੱਟ ਕੇ ਇਹਨੂੰ ਵੀ ਪਾ ਦਾਂਗੇ ਜਦੋਂ ਤੱਕ ਟਮਾਟਰ ਪੋਲਾ ਨਹੀਂ ਹੁੰਦਾ ਸਮਾਰ ਕੇ ਉਨਾ ਚਿਰ ਆਪਾਂ ਇਹਨੂੰ ਭੁੰਨਾਂਗੇ ਜੇਕਰ ਮਿੰਟ ਤੱਕ ਮਸਾਲਾ ਆਪਣਾ ਭੁੱਜ ਗਿਆ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਲੂਣ ਮਿਰਚ ਇੱਕ ਚਮਚੇ ਤੋਂ ਥੋੜ੍ਹਾ ਵੱਧ ਲੂਣ ਪਾਵਾਂਗੇ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲਿਓ ਅੱਧਾ ਚਮਚਾ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਦਾ ਹਰੀ ਮਿਰਚ ਵੀ ਪਾਈ ਹੋਈ ਹੈ ਪਹਿਲਾਂ ਆਪਾਂ ਇੱਕ ਚਮਚਾ ਪਾਵਾਂਗੇ ਜੀ ਹਲਦੀ ਪਾਊਡਰ ਦਾ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਥੋੜ੍ਹਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਇੱਕ ਮਿੰਟ ਤੱਕ ਹੋਰ ਭੁੰਨਾਂਗੇ ਇਹਨੂੰ ਆਪਾਂ ਮਸਾਲਾ ਆਪਣਾ ਤਿਆਰ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਗਾਜਰਾਂ ਅਤੇ ਮਟਰ ਪਾ ਦਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਹੁਣ ਮਿਕਸ ਕਰ ਦਾਂਗੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਜੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਜੀ ਗੈਸ ਆਪਾਂ ਮੀਡੀਅਮ ਕਰਤਾ ਜੀ ਹੌਲੀ ਹੌਲੀ ਰਿੱਝੂਗੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਗਈ ਜੀ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਗਰਮ ਮਸਾਲਾ ਹਰਾ ਧਨੀਆ ਹਰੇ ਧਨੀਏ ਦੇ ਨਾਲ ਥੋੜ੍ਹੇ ਜਿਹੇ ਪੱਤੇ ਆਪਾਂ ਪੰਜ ਚਾਰ ਪਾਏ ਨੇ ਜੀ ਪਾਲਕ ਦੇ ਬਹੁਤ ਹੀ ਸੌਖੇ ਤਰੀਕੇ ਨਾਲ ਸਬਜ਼ੀ ਬਣ ਕੇ ਤਿਆਰ ਹੋਈ ਹੈ ਜੀ ਆਪਣੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ